ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਇੱਕ ਵਾਰ ਫਿਰ ਤੋਂ ਪਾਇਸ ਆਯੁਰਵੇਦਾ ਤੇ ਸਭ ਦਾ ਸਵਾਗਤ ਕਰਦੇ ਹਾਂ। ਅਸੀਂ ਲਾਸਟ ਟਾਈਮ ਗੱਲ ਕਰ ਰਹੇ ਸੀਗੇ ਹੱਥ ਪੈਰ ਕਿਉਂ ਸੁੰਨ ਹੋ ਜਾਂਦੇ ਆ, ਕਿਉਂ ਸਾਨੂੰ ਇੰਨੀ ਜਲਨ ਹੁੰਦੀ ਹੈ, ਕੀ ਰੀਜ਼ਨ ਦਿੰਦੇ ਆ ਇਹਦੇ। ਬਹੁਤ ਵਾਰ ਹੁੰਦਾ ਕਿ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ, ਇੱਕਦਮ ਪੈਰ ਸੁੰਨ ਹੋ ਜਾਂਦੇ ਆ, ਚੱਪਲ ਪਾਈ ਦਾ ਨਹੀਂ ਪਤਾ ਲੱਗਦਾ। ਤੋ ਉਹਦਾ ਸਾਰੇ ਰੀਜ਼ਨ ਮੈਂ ਐਕਸਪਲੇਨ ਕੀਤੇ ਸੀ ਕਿ ਕਿਸ ਤਰ੍ਹਾਂ ਇੱਕ ਇੱਕ ਦੋਸ਼ ਨੂੰ ਲੈ ਕੇ, ਮਤਲਬ ਇੱਕ ਇੱਕ ਪ੍ਰੋਬਲਮ ਸਾਡੀ ਸ਼ੁਰੂ ਹੁੰਦੀ ਹੈ ਬੋਡੀ 'ਚ, ABC ਟੂ ਹਰ ਚੀਜ਼ ਅਸੀਂ ਡਿਸਕਸ ਕਰ ਚੁੱਕੇ ਹਾਂ। ਅਸੀਂ ਉਹਨਾਂ 'ਚ ਅਗਰ ਸਾਨੂੰ ਪ੍ਰੋਬਲਮ ਹੋ ਚੁੱਕੀ ਹੈ ਤਾਂ ਅਸੀਂ ਕਿੱਦਾਂ ਉਹਨੂੰ ਠੀਕ ਕਰਨਾ, ਔਰ ਅਗਰ ਨਹੀਂ ਹੈ ਤਾਂ ਅਸੀਂ ਉਹਨੂੰ ਕਿੱਦਾਂ ਪ੍ਰੀਵੈਂਟ ਕਰ ਸਕਦੇ ਹਾਂ ਤਾਂ ਕਿ ਸਾਨੂੰ ਇਹ ਨਿਊਰੋਪੈਥੀ ਵਾਲੀ ਪ੍ਰੋਬਲਮ ਨਾ ਆਏ। ਤੋ ਅੱਜ ਅਸੀਂ ਉਹਨਾਂ ਹੀ ਚੀਜ਼ਾਂ 'ਤੇ ਗੱਲ ਕਰਾਂਗੇ ਕਿ ਅਸੀਂ ਇਹਨੂੰ ਕਿੱਦਾਂ ਪ੍ਰੀਵੈਂਟ ਕਰ ਸਕਦੇ ਹਾਂ, ਔਰ ਅਗਰ ਹੋ ਚੁੱਕੀ ਹੈ ਤਾਂ ਉਹਨੂੰ ਮੈਨੇਜ ਕਿੱਦਾਂ ਕਰਨਾ ਅਸੀਂ, ਠੀਕ ਹੈ। ਤੋ ਰੀਜ਼ਨ ਸਾਰਿਆਂ ਨੇ ਸਮਝ ਲਏ ਹੋਣਗੇ, ਮਤਲਬ ਜਿਸ ਰੱਬ ਨਾ ਕਰੇ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ, ਬਟ ਅਗਰ ਹੋ ਗਈ ਹੈ ਤਾਂ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਠੀਕ ਕਰ ਸਕਦੇ ਹਾਂ। ਇੱਥੇ ਰੀਜ਼ਨਸ ਅਸੀਂ ਗੱਲ ਕਰ ਚੁੱਕੇ ਹਾਂ। ਤੋ ਸਭ ਤੋਂ ਪਹਿਲੇ ਆ ਜਾਂਦਾ ਹੈ ਕਿ ਜਦੋਂ ਸਾਡਾ ਹਾਰਟ ਜੋ ਹੈ ਉਹ ਸਾਡੀਆਂ ਧਮਨੀਆਂ ਜੋ ਖੂਨ ਲੈ ਕੇ ਜਾਂਦੀਆਂ ਔਰ ਸਾਰੇ ਬੋਡੀ ਦੇ ਪਾਰਟਸ ਨੂੰ ਖੂਨ ਦਿੰਦੀਆਂ, ਜਦੋਂ ਉਹ ਪ੍ਰੋਪਰ ਕੰਮ ਨਹੀਂ ਕਰ ਪਾਉਂਦੀਆਂ ਤਾਂ ਸਾਡੀ ਬੋਡੀ ਦੇ ਪਾਰਟਸ 'ਚ ਖੂਨ ਦਾ ਜਦੋਂ ਨਹੀਂ ਪੂਰੀ ਸਪਲਾਈ ਹੁੰਦੀ ਤਾਂ ਸਾਨੂੰ ਇਹ ਪ੍ਰੋਬਲਮ ਹੁੰਦੀ ਹੈ। ਤੋ ਇੱਥੇ ਕਿ ਅਸੀਂ ਇਸ ਚੀਜ਼ ਦਾ ਧਿਆਨ ਰੱਖਣਾ ਕਿ ਸਾਡੀ ਬੋਡੀ ਦਾ ਸਾਡਾ ਬਲੱਡ ਪ੍ਰੈਸ਼ਰ ਅਗਰ ਜ਼ਿਆਦਾ ਹੋ ਰਿਹਾ ਤਾਂ ਅਸੀਂ ਉਹਨੂੰ ਠੀਕ ਕਰਕੇ ਰੱਖਣਾ। ਕੋਲੈਸਟ੍ਰੋਲ, ਟ੍ਰਾਈਗਲੀਸਰਾਈਡ ਸਾਡੇ ਵੱਧ ਰਹੇ ਆ ਤਾਂ ਉਹਨਾਂ ਨੂੰ ਅਸੀਂ ਆਪਣੀ ਕਿਸ ਤਰ੍ਹਾਂ ਆਪਣੇ ਖਾਣੇ ਪੀਣੇ ਦੇ ਨਾਲ ਅਸੀਂ ਉਹਨਾਂ ਨੂੰ ਠੀਕ ਰੱਖਣਾ, ਅਸੀਂ ਉਹਨਾਂ ਨੂੰ ਕੰਟਰੋਲ ਕਰਨਾ, ਅਸੀਂ ਆਪਣੇ ਕੋਲੈਸਟ੍ਰੋਲ ਦਾ ਧਿਆਨ ਰੱਖਣਾ, ਪਾਣੀ ਖੂਬ ਪੀਣਾ ਹੈ ਔਰ ਪਾਣੀ ਦੇ ਪ੍ਰੋਪਰ ਇੰਟਰਵਲਸ 'ਤੇ ਮੇਰਾ ਵੀਡੀਓ ਦੇਖ ਸਕਦੇ ਹੋ ਜਿਹਦੇ 'ਚ ਮੈਂ ਪ੍ਰੋਪਰ ਇੰਟਰਵਲਸ 'ਤੇ ਪਾਣੀ ਕਿਸ ਤਰ੍ਹਾਂ ਸਾਨੂੰ ਲੈਣਾ ਚਾਹੀਦਾ ਉਸ 'ਤੇ ਫੋਕਸ ਕੀਤਾ ਹੋਇਆ, ਔਰ ਰਾਤ ਨੂੰ ਸੌਣ ਲੱਗੇ ਸਾਨੂੰ 2 ਗਲਾਸ ਗਰਮ ਪਾਣੀ ਜ਼ਰੂਰ ਪੀ ਕੇ ਸੌਣਾ ਚਾਹੀਦਾ। ਹਾਂ, ਇਮੀਡੀਏਟਲੀ ਖਾਣਾ ਖਾਣ ਤੋਂ ਬਾਅਦ ਨਹੀਂ ਲੈਣਾ ਚਾਹੀਦਾ, ਸੌਣ ਲੱਗੇ ਕੋਸਾ ਕੋਸਾ ਪਾਣੀ, ਜਿਸ ਤਰ੍ਹਾਂ ਸਰਦੀਆਂ ਹੈ ਜਾਂ ਗਰਮੀਆਂ ਵੀ ਹੈ, ਕਦੇ ਵੀ ਹੈ ਜੇ ਸਾਨੂੰ ਇਹ ਪ੍ਰੋਬਲਮ ਹੋ ਰਹੀ ਹੈ ਤਾਂ ਸਾਨੂੰ ਪਾਣੀ ਗਰਮ ਕਰਕੇ ਪੀਣਾ ਚਾਹੀਦਾ, ਔਰ ਸਵੇਰੇ ਉੱਠਦੇ ਸਾਰ ਵੀ ਸਾਨੂੰ ਪਾਣੀ ਗਰਮ ਪੀਣਾ ਚਾਹੀਦਾ, 1 ਜਾਂ 2 ਗਲਾਸ, ਜਿਸ ਤਰ੍ਹਾਂ ਵੀ ਤੁਹਾਨੂੰ ਠੀਕ ਲੱਗੇ। ਔਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਸਾਨੂੰ ਕੋਨਸਟੀਪੇਸ਼ਨ ਨਹੀਂ ਹੋਣੀ ਚਾਹੀਦੀ ਔਰ ਸਾਨੂੰ ਆਪਣੀ ਇੰਟਰਨਲ ਆਰਗਨਸ ਦੀ ਲਿਊਬਰੀਕੇਸ਼ਨ ਦਾ ਖਿਆਲ ਰੱਖਣਾ ਚਾਹੀਦਾ। ਅਗਰ ਤੁਸੀਂ ਖੁਦ ਧਿਆਨ ਰੱਖ ਰਹੇ ਹੋ ਤਾਂ ਤੁਸੀਂ 10 ਬੂੰਦਾਂ ਐਲਮੰਡ ਆਇਲ ਦੀਆਂ ਵੀ ਲੈ ਸਕਦੇ ਹੋ। ਅਗਰ ਤੁਸੀਂ ਮੇਰੇ ਕੋਲੋਂ ਨਿਊਰੋਪੈਥੀ ਕਿੱਟ ਲੈਂਦੇ ਹੋ ਤਾਂ ਉਹਦੇ 'ਚ ਮੈਂ ਮੈਡੀਸਨਸ ਕੈਪਸੂਲ ਫੋਰਮ 'ਚ ਦਿੱਤੀਆਂ ਹੋਈਆਂ, ਤਾਂ ਕਿ ਸਾਡੇ ਜਿੰਨੇ ਵੀ ਇੰਟੈਸਟਾਈਨਸ ਹੈ, ਸਾਡਾ ਪੂਰਾ ਐਲੀਮੈਂਟਰੀ ਕਨਾਲ ਸਾਡੇ ਇੱਥੋਂ ਤੋਂ ਲੈ ਕੇ ਗਲੇ ਤੋਂ ਲੈ ਕੇ ਪੂਰਾ ਇੰਟੈਸਟਾਈਨਸ ਤੱਕ ਸਾਡਾ ਪੂਰਾ ਆਰਗਨਸ ਸਾਡੇ ਕਲੀਨ ਰਹਿਣੇ ਚਾਹੀਦੇ ਆ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਮਸ਼ੀਨ 'ਚ ਤੇਲ ਪਾਉਂਦੇ ਹਾਂ, ਉਸੇ ਤਰ੍ਹਾਂ ਸਾਨੂੰ ਆਪਣੀ ਬੋਡੀ 'ਤੇ ਵੀ ਓਇਲਿੰਗ ਕਰਨੀ ਪੈਂਦੀ ਹੈ, ਸੋ ਦੈਟ ਉੱਥੇ ਕੋਈ ਵੀ ਚੀਜ਼ ਲੱਗੀ ਨਾ ਰਹਿ ਜਾਵੇ, ਚਿਪਕੀ ਨਾ ਰਹਿ ਜਾਵੇ, ਕਿਉਂਕਿ ਅਗਰ ਚਿਪਕੀ ਰਹੇਗੀ ਤਾਂ ਸਾਡੇ ਬੋਡੀ 'ਚ ਫਰਮੈਂਟੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਹੜੀ ਕਿ ਫਿਰ ਅੱਗੇ ਬਾਕੀ ਸਾਰੀਆਂ ਚੀਜ਼ਾਂ ਨੂੰ ਇਨਵੋਲਵ ਕਰਦੀ ਹੈ। ਇਹ ਚੀਜ਼ ਮੈਂ ਬਹੁਤ ਅੱਛੇ ਤਰੀਕੇ ਨਾਲ ਸਮਝਾ ਚੁੱਕੀ ਹਾਂ। ਤਾਂ ਸਾਨੂੰ ਇਹ ਕਿ ਬੋਡੀ ਦੀ ਲੁਬਰੀਕੇਸ਼ਨ ਜ਼ਰੂਰੀ ਹੈ ਔਰ ਕਲੀਨਿੰਗ ਜ਼ਰੂਰੀ ਹੈ, ਇਸ ਚੀਜ਼ ਦਾ ਧਿਆਨ ਰੱਖਣਾ ਹੈ। ਬੋਡੀ 'ਚ ਕੋਲੈਸਟ੍ਰੋਲ ਹਾਈ ਨਹੀਂ ਹੋਣ ਦੇਣਾ, ਟ੍ਰਾਈਗਲੀਸਰਾਈਡ ਨਹੀਂ ਜੰਮਣੇ ਚਾਹੀਦੇ ਸਾਡੇ ਇੰਟੈਸਟਾਈਨ 'ਚ, ਉਹ ਮੈਂ ਐਕਸਪਲੇਨ ਕਰ ਚੁੱਕੀ ਹਾਂ। ਦੂਸਰਾ ਹੈ ਕਿ ਸਾਨੂੰ ਆਪਣੇ ਦਿਮਾਗ ਦਾ ਬਹੁਤ, ਬ੍ਰੇਨ ਮਸਲਸ ਦਾ ਸਾਨੂੰ ਬਹੁਤ ਧਿਆਨ ਰੱਖਣਾ ਚਾਹੀਦਾ। ਉਹਦੇ ਲਈ ਸਭ ਤੋਂ ਜ਼ਿਆਦਾ ਹੈ ਕਿ ਇੱਕ ਤਾਂ ਹਾਰਟ ਹੋ ਗਿਆ, ਹਾਰਟ ਦੀ ਸਪਲਾਈ ਮਤਲਬ ਬਲੱਡ ਸਪਲਾਈ ਪ੍ਰੋਪਰ ਹੋਣੀ ਚਾਹੀਦੀ ਹੈ। ਦੂਸਰੀ ਕਿ ਸਾਨੂੰ ਉਹਦੇ ਨਿਊਟ੍ਰੀਐਂਟ, ਸਾਡੀ ਆਕਸੀਜਨ ਕੈਰਿੰਗ ਕਪੈਸਿਟੀ ਸਾਨੂੰ ਆਪਣੇ ਬ੍ਰੇਨ ਦੀ ਵਧਾ ਕੇ ਰੱਖਣੀ ਹੈ, ਤਾਂ ਕਿ ਜਿਹੜੇ ਉਹਦੇ ਮਸਲਸ ਹੈ ਉਹ ਖਿਲੇ ਰਹਿਣ, ਮਸਲਸ ਖਿਲੇ ਰਹਿਣਗੇ ਤਾਂ ਉਹਦੇ 'ਚ ਜੋ ਸਪੋਰਟ, ਉਹਦੇ 'ਚ ਜੋ ਸਪੋਰਟਡ ਬਾਕੀ ਸੋਫਟ ਆਰਗਨਸ ਹੈ ਉਹਦੇ, ਉਹਨਾਂ ਨੂੰ ਪੂਰੀ ਜਗ੍ਹਾ ਮਿਲੇਗੀ, ਉਹ ਕੰਪਰੈਸ ਨਹੀਂ ਹੋਣਗੇ, ਕਿਉਂਕਿ ਜਦੋਂ ਕੋਈ ਚੀਜ਼ ਸੁੰਗੜ ਜਾਂਦੀ ਹੈ ਤਾਂ ਹਰ ਚੀਜ਼ ਦੀ ਜਗ੍ਹਾ ਘੱਟਦੀ ਜਾਂਦੀ ਹੈ। ਇਸੇ ਤਰ੍ਹਾਂ ਸਾਡੇ ਬ੍ਰੇਨ ਦੇ ਜਿਹੜੇ ਬਾਕੀ ਆਰਗਨਸ ਹੈ ਉਹਨਾਂ ਦੀ ਜਗ੍ਹਾ ਘੱਟਦੀ ਜਾਂਦੀ ਹੈ ਔਰ ਆਪਣੇ ਕੰਮ ਘੱਟਦੇ ਜਾਂਦੇ ਆ। ਜਿਸ ਤਰ੍ਹਾਂ ਸਾਨੂੰ ਫੋਰਗੈਟਫੁਲਨੈਸ, ਅਸੀਂ ਭੁੱਲਣਾ ਸ਼ੁਰੂ ਹੋ ਜਾਂਦੇ ਹਾਂ, ਡਿਮੈਂਸ਼ੀਆ ਹੋਣਾ ਸ਼ੁਰੂ ਹੋ ਜਾਂਦਾ ਹੈ ਜਾਂ ਬਾਕੀ ਹੋਰ ਸਾਰੀਆਂ ਪ੍ਰੋਬਲਮਸ ਹੋਣੀਆਂ ਸ਼ੁਰੂ ਹੋ ਜਾਂਦੀਆਂ, ਨਸਾਂ ਜਿਹੜੀਆਂ ਹੈ ਸ਼੍ਰਿੰਕ ਹੋ ਜਾਂਦੀਆਂ, ਤਾਂ ਇਹ ਸਾਰੀਆਂ ਚੀਜ਼ਾਂ ਦਿਮਾਗ ਤੋਂ ਸ਼ੁਰੂ ਹੋ ਜਾਂਦੀਆਂ। ਤਾਂ ਇੱਥੇ ਅਸੀਂ ਕੀ ਕਰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਇੱਕ ਤਾਂ ਅਰੋਮਾਥੈਰੇਪੀ, ਪਾਇਸ ਆਇਲ ਜੋ ਹੈ ਉਹ ਤੁਹਾਡਾ ਸਾਰੀਆਂ ਜਿੰਨੇ ਵੀ ਸਾਡੇ ਸੈਂਸੇਸ਼ਨ ਸਾਡੀਆਂ ਨਸਾਂ ਨੂੰ ਖੋਲ੍ਹ ਕੇ ਰੱਖਦਾ, ਉਹਨਾਂ ਦੀ ਇਲਾਸਟੀਸਿਟੀ ਬਰਕਰਾਰ ਕਰਦਾ ਅਰੋਮਾ ਦੇ ਨਾਲ, ਆਪਣੀ ਖੁਸ਼ਬੂ ਦੇ ਨਾਲ, ਕਿਉਂਕਿ ਉਹ ਸਾਰਾ ਬ੍ਰੇਨ ਟੋਨਿਕਸ ਦਾ ਬਣਿਆ ਹੋਇਆ। ਦੂਸਰਾ, ਉਹ ਦਿਮਾਗ ਜਿਹੜੀ ਸਾਡੀ ਸੋਚ ਸੋਚ ਕੇ ਵੀ, ਜਾਂ ਅਸੀਂ ਜਦੋਂ ਸਾਹ ਵੀ ਲੈਂਦੇ ਹਾਂ ਤਾਂ ਹਵਾ ਅੰਦਰ ਜਾਂਦੀ ਹੈ, ਜਾਂ ਅਸੀਂ ਜਦੋਂ ਸੋਚਦੇ ਹਾਂ ਤਾਂ ਸੋਚਣ ਦੇ ਨਾਲ ਵੀ ਹੀਟ ਜਨਰੇਟ ਹੁੰਦੀ ਹੈ ਜਿਹੜੀ ਕਿ ਮਸਲਸ ਨੂੰ ਸ਼੍ਰਿੰਕ ਕਰਦੀ ਆ। ਜਾਂ ਕੋਈ ਵੀ ਚੀਜ਼ ਦੇਖੋ ਕਿ ਹਵਾ ਚੱਲੇਗੀ ਤਾਂ ਸੁੱਕੇਗੀ ਹੀ,
हवा जदों भी चलेगी वो ऑर्गन्स नूं या पत्तियां नूं भी सुखाएगी और यही चीज होंदी है कि जदों असीं बहुत ज्यादा दिमाग का इस्तेमाल कर रहे हैं तो साडे ब्रेन के मसल्स भी श्रिंक होने शुरू हो जाते हैं जिहड़े बाकी सारिया ऑर्गन्स नूं भी अगे इफेक्ट कर रहे हैं। तो अनुलोम विलोम पायस ऑयल और अगर बहुत ज्यादा सानू प्रॉब्लम आ रही है तो असीं ल्यूब्रिकेट करते अपने सारे साइनस नूं उहदे लई है कि तुसीं दो दो ड्रॉप एलमंड ऑयल दीआं नक्क च जरूर पाणीआं। तीसरा आ जाता है कि प्रॉपर डाइट और प्रॉपर इंटरवल से असी खाना खाना है। अगर सानू कोई दिक्कत आ रही है तो प्रॉपर इंटरवल तुसी अपने लिए चुनो कि मैं दो दो घंटे या तीन तीन घंटे बाद खाना खाना है। खाना कच्चा और पक्का खाना कदे इकट्ठा नहीं खाना, पहले भी समझा चुकी हूँ मैं, पूरी डिटेल दस चुकी हूँ। इतने कि अगर तुसी सैलड खाना तो सैलड अलग तो खाओगे, फ्रूट अलग तो खाओगे, उन्होंने पके हुए खाने के नाल नहीं खाओगे क्योंकि उहदे नाल की हुंदा कि असिमिलेशन साडे खाने की प्रॉपर नहीं हो पाती। उस तो बाद आ जाता है कि अनुलोम विलोम साडे लिए बहुत ज्यादा जरूरी है और खाना खाते हुए खाना जो भी तुसी खाना फुल कंसंट्रेशन दे नाल खाना है, पूरा ध्यान थोड़ा खाने वाले ही होना चाहिए। उस टाइम टीवी नहीं देखना, न्यूज नहीं सुननी, आपस की गल्ला नहीं करनी है, खाना खाते हुए बोलना नहीं चाहिए क्योंकि वह बहुत सारी प्रॉब्लम्स क्रिएट कर देता है। तो ईट विद फुल कॉन्सेंट्रेशन, थोड़ा ध्यान पूरा खाना की खा रहा मैं ओ या की खा रहे हैं असी उसदे पूरी साडा ध्यान उसी खाने च होना चाहिए। जदों असी कॉन्सेंट्रेशन दे नाल खाना खाते हैं तो खाना अच्छे तरीके दे नाल हजम होंदा है और वह बिना पचे फिर साडे बॉडी तो बाहर नहीं जाता, तो सानू इस चीज़ का बहुत ख्याल रखना पैंदा। और पूरे दिन च अगर तुसी बहुत ज़्यादा नहीं चल सकते तो सिर्फ 15 मिनट वॉक जरूरी है, 15 मिनट तुसी जरूर चलना है। उहदे नाल की है साडे पूरी बॉडी की एक्सरसाइज होंदी है, पूरे इंटरनल ऑर्गन्स साडे हिलदे आ, उहनां दी आपस च मसाज होंदी है। और जो असी एक्सरसाइज असी कहिंदे आ कि ताड़ आसन हुंदा कि खुद नूं पूरा स्ट्रेच करना, असी पूरे पंजिआं दे उपर अपना पैरां दा भार देना पंजिआं दे उपर और पूरा अपने आप नूं स्ट्रेच करना, ताड़ आसन उहनूं कहिंदे आ। ताड़ आसन दे नाल की हुंदा कि जदों असी सारा दिन बैठे रहिंदे आ ऑर्गन्स एक दूसरे दे नाल चिपकना शुरू हो जाते हैं, जो असं ताड़ आसन करते हैं हर ऑर्गन में एक स्पेस होती है आपस क्रिएट होती है जिड़ी कि स्पेस बहुत ज़्यादा जरूरी होती है। तो यह ताड़ आसन सब तो अच्छा आसन है जिड़ा थानू साढ़े सारे ऑर्गनस नू सैपरेट और अपनी अपनी जगह पर रखने लिए हैल्प करता। और दूसरा आ जाता कि फिर रोटेशन, जिस तरह वो की होंगे कि थोड़ी अलाइनमेंट, जिस तरह अं कारा और अपनी गड्डी और हर चीज़ की अलाइनमेंट करवाने, व्हील बैलेंसिंग करवाने, उसी तरह साड़ी अपनी बॉडी की बैलेंसिंग भी जरूरी है। वो की है तुम एक बार सिर रोल करना, लैग्स में लैफ्ट साइड पर लैके जाओगे अगर सिर राइट है और दूसरी बार सिर लैफ्ट है तो लैग्स में राइट पर लैके जाओगे। तो ये की होंगे कि थोड़े जिन्हें भी, क्योंकि मेन सारिया प्रॉब्लम सूँ इसी जगह तो होंगे, इस जगह पर अगर साड़ी स्वैलिंग होंगी है तो वह अगर सारिया सारिया प्रॉब्लम क्रिएट कर दिया। ये अपनी पिछले वीडियो असं समझा चुके हैं, तुम पिछले वीडियोज देख सकते हो। तो यही है कि ये वाली एक्सरसाइज की साढ़े इंटरनल ऑर्गन्स की मूवमेंट्स की जरूर मूवमेंट्स करवाती रहती है और सारे चक्र और सारे साढ़े जिन्हें ऑर्गन्स है वो अलाइंड रहेंगे और हैल्दी रहेंगे और मूवमेंट होंगी रहती है, तो उन्होंने लगता कि हाँ असं जी रहे हैं, उन्होंने भी पता लगता कि असं जी रहे हैं और साढ़े असं अपने किमें काम कर रहे हैं प्रॉपरली। तीसरा आ जाता है, सब तो लास्ट से फिर आ जाता है, इस चीज़ का है कि असी अगर सानू कोई प्रॉब्लम हो चुकी है उन्होंने असी किस तरह मैनेज करना है। अगर सानू कोई नहीं प्रॉब्लम और असी डायबिटिक हैं या सानू होर कोई न्यूरोपैथी की कोई प्रॉब्लम हो आ रही है तो असी उन्हों प्रिवेंट किदा करना, अगर तुसी इन चीज़ों का ध्यान रखोगे तो थानू मेरे ख्याल नाल तुहानू इदां दी कोई दिक्कत आनी नहीं चाहिए नियर फ्यूचर च। और अगर कोई प्रॉब्लम्स हैगियां भी है तो हौली हौली वो रिवर्सल वल चलिया जाणगियां, क्योंकि इन्नियां ही चीज़ों का ध्यान अगर तुसी अपनी उहदे च लाइफ च रख दिओ तो बहुत सारिया साडियां चीज़ां कंट्रोल हो जाएं। हौली हौली तुसी देखोगे कि अगर डायबिटीज़ है और डायबिटीज़ बहुत बार लोगों ने तुसी सुनदे आ कि कंट्रोल नहीं हुंदी, तुसी इन्हां ही चीज़ों का अगर थोड़ा जिहा ध्यान रख लैंदे हो तो उहदे नाल ही तुहाडे शुगर लैवल नॉर्मल आ जाणगे विद इन द लिमिट्स। फिर आ जाता कि हाँ अगर साढ़े वाकई हाथ पैर सोना शुरू हो गए हैं या उन्होंने जलन होनी शुरू हो गई है या उन्होंने कितने ब्लैक ब्लैक होना शुरू हो गया साड़ा कोई पार्ट,
ਤਾਂ ਫਿਰ ਅਸੀਂ ਕੀ ਕਰਨਾ, ਫਿਰ ਉਹਦੇ ਲਈ ਅਸੀਂ ਕੀ ਕਰਨਾ ਹੈ, ਅਸੀਂ ਗਰਮ ਪਾਣੀ ਕਰਨਾ ਹੈ ਉਹਦੇ 'ਚ ਸਾਡਾ ਪੋੜੀਆ ਕੇਅਰ ਆਇਲ ਜੋ ਅਸੀਂ ਇਹਦੇ ਲਈ ਹੀ ਬਣਾਇਆ ਹੋਇਆ, ਪੋੜੀਆ ਕੇਅਰ ਆਇਲ ਪੈਰਾਂ 'ਤੇ ਲਗਾ ਕੇ ਪੈਰਾਂ ਨੂੰ ਹੋਟ ਫੋਮੈਂਟੇਸ਼ਨ ਕਰਨੀ ਹੈ, ਜੋ ਸਾਡੀ ਡੇਲੀ ਦੀ ਵੇਅਰ ਟੇਅਰ ਹੋ ਜਾਂਦੀ ਹੈ, ਜੋ ਅਸੀਂ ਜਦੋਂ ਅਸੀਂ ਚੱਲਦੇ ਹਾਂ ਪੈਰਾਂ 'ਤੇ ਕਿਤੇ ਨਾ ਕਿਤੇ ਹਲਕਾ ਕੁਛ ਵੀ ਲੱਗ ਗਿਆ ਹੈ ਜਾਂ ਵੈਸੇ ਰੈਸ਼ਿਜ਼ ਹੋ ਗਿਆ ਜਾਂ ਡਰਾਈਨੈਸ ਹੋ ਜਾਂਦੀ ਹੈ, ਸਕਿਨ ਡਰਾਈ ਹੋ ਜਾਂਦੀ ਹੈ, ਕਿਉਂਕਿ ਇਹਨਾਂ ਸਾਰੀਆਂ ਪ੍ਰੋਬਲਮ ਦੇ ਨਾਲ ਬੋਡੀ 'ਚ ਡਰਾਈਨੈਸ ਬਹੁਤ ਜ਼ਿਆਦਾ ਵੱਧਦੀ ਹੈ। ਤਾਂ ਜਦੋਂ ਅਸੀਂ ਤੇਲ ਲਗਾ ਕੇ ਉਹਨੂੰ ਹੋਟ ਫੋਮੈਂਟੇਸ਼ਨ ਗਰਮ ਪਾਣੀ 'ਚ ਜਾਂ ਕੋਸੇ ਜਿਹੇ ਪਾਣੀ 'ਚ ਪਾਣੀ ਤੁਸੀਂ ਚੈੱਕ ਕਰ ਲੈਣਾ, ਉਲਟੇ ਹੱਥ ਦੇ ਨਾਲ ਅਸੀਂ ਲਿਖਣਾ ਕਿ ਇੱਥੇ ਜਿਹੜਾ ਸਾਡਾ ਪਾਣੀ ਜੋ ਅਸੀਂ ਇਸ ਜਗ੍ਹਾ 'ਤੇ ਫੀਲ ਕਰ ਸਕਦੇ ਹਾਂ, ਪਾਣੀ ਉਨਾ ਕੀ ਗਰਮ ਲੈਣਾ, ਉਸ ਤੋਂ ਜ਼ਿਆਦਾ ਗਰਮ ਪਾਣੀ ਨਹੀਂ ਲੈਣਾ ਤੁਸੀਂ। ਤਾਂ ਉਹਦੇ 'ਚ ਤੁਸੀਂ 15 ਮਿੰਟ ਗਰਮ ਪਾਣੀ 'ਚ ਕੋਸੇ ਪਾਣੀ 'ਚ ਆਪਣੇ ਪੈਰ ਜ਼ਰੂਰ ਰੱਖੋਗੇ, ਉਹਨਾਂ ਨੂੰ ਫਿਰ ਬਾਹਰ ਨਿਕਾਲੋਗੇ, ਉਹਨਾਂ ਨੂੰ ਅੱਛੀ ਤਰ੍ਹਾਂ ਕਲੀਨ ਕਰੋਗੇ, ਕਲੀਨ ਕਰਕੇ ਅੱਛੀ ਤਰ੍ਹਾਂ ਸੁਕਾ ਕੇ ਫਿਰ ਪੋੜੀਆ ਕੇ ਜਿਹੜਾ ਇੱਕ ਆਇਲ ਹੈ ਜਿਹੜਾ ਮਸਲਸ ਨੂੰ ਟੋਨ ਅਪ ਕਰਨ ਲਈ ਹੈ, ਤਾਂ ਕਿ ਤੁਹਾਡੇ ਮਸਲਸ ਜੋ ਹੈ ਜੋ ਸ਼ਰਿੰਕ ਹੋ ਚੁੱਕੇ ਹੈ, ਕਿਉਂਕਿ ਮਸਲ ਜਦੋਂ ਸ਼ਰਿੰਕ ਹੋ ਜਾਂਦੇ ਹੈ ਤਾਂ ਉਹ ਹੱਡੀਆਂ ਨੂੰ ਵੀ ਜਗ੍ਹਾ ਨਹੀਂ ਮਿਲਦੀ। ਤੁਸੀਂ ਦੇਖੋਗੇ ਪੈਰ ਔਰ ਹੱਥ ਸਾਡੇ ਇੱਦਾਂ ਥੋੜ੍ਹੇ ਟੇਢੇ ਹੋਣੇ ਸ਼ੁਰੂ ਹੋ ਜਾਂਦੇ ਆ, ਜਦੋਂ ਮਸਲ ਫੁੱਲਣਾ ਸ਼ੁਰੂ ਹੋ ਜਾਣਗੇ ਤਾਂ ਹੌਲੀ 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 ਤੁਹਾਡੇ ਹੱਥ ਪੈਰ ਵੀ ਸਿੱਧੇ ਹੋਣੇ ਸ਼ੁਰੂ ਹੋ ਜਾਂਦੇ ਆ। ਸੋ ਦਿਸ ਇਜ਼ ਦ ਹੌਟ ਫੋਮੈਂਟੇਸ਼ਨ ਜਿਹੜੀ ਤੁਸੀਂ ਕਰੋਗੇ, ਔਰ ਉਸ ਤੋਂ ਬਾਅਦ ਮਸਲਸ ਦੀ ਮਾਲਿਸ਼ ਕਰੋਗੇ, ਉਹਦੇ ਨਾਲ ਉਹ ਦੁਬਾਰਾ ਹੈਲਦੀ ਹੋਣੇ ਸ਼ੁਰੂ ਹੋ ਜਾਣਗੇ। ਜਿਹੜੀਆਂ ਤੁਹਾਡੀ ਨਰਵ ਐਂਡਿੰਗਸ ਹੈ, ਜੋ ਤੁਹਾਡੀਆਂ ਨਰਵਸ ਹੈਂ ਜਿਹੜੀ ਲੀਕੇਜ ਹੋ ਰਹੀ ਹੈ, ਉਹਨਾਂ ਦੀ ਮਾਇਲਿਨ ਸ਼ੀਥ ਉਹਦੇ ਨਾਲ ਰਿਪੇਅਰ ਹੋਏਗੀ, ਔਰ ਜੋ ਤੁਹਾਡੇ ਕਿਤੇ ਜ਼ਖਮ ਵਗੈਰਾ ਹੋ ਗਏ ਉਹ ਸਾਰੇ ਕਲੀਨ ਹੋ ਜਾਣਗੇ, ਪੈਰ ਹੈਲਦੀ ਹੋ ਜਾਣਗੇ। ਸੋ ਦਿਸ ਲਈ ਇਹ ਤੁਸੀਂ ਇੱਕ ਅਗਰ ਤੁਸੀਂ ਇੱਕ 15 ਦਿਨ ਵੀ ਰੈਗੂਲਰ ਕਰਦੇ ਹੋ ਤਾਂ ਤੁਸੀਂ ਦੇਖੋਗੇ ਤੁਹਾਡੀ ਪ੍ਰੋਬਲਮ 50% ਤੱਕ ਠੀਕ ਹੋ ਜਾਏਗੀ। ਵਿਸ਼ ਯੂ ਆਲ ਦ ਬੈਸਟ, ਟੇਕ ਕੇਅਰ, ਕੀਪ ਔਨ ਵਾਚਿੰਗ, ਥੈਂਕ ਯੂ।